ਸਿਆਪਾ ਹਾਏ ਹਾਏ ਸੂਬੇ ਦੇ ਵੱਖ ਵੱਖ ਸੰਗਠਨਾਂ ਅਤੇ ਜਥੇਬੰਦੀਆਂ ਵੱਲੋਂ ਅੱਜ 8 ਜਨਵਰੀ ਨੂੰ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਪੰਜਾਬ 'ਚ ਚਾਰੇ ਪਾਸੇ ਇਸ ਦਾ ਭਰਵਾਂ ਹੁੰਗਾਰਾ ਵੇਖਣ ਨੂੰ ਮਿਲ ਰਿਹਾ। ਜੀ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ, ਜਿੱਥੇ ਹੁਸ਼ਿਆਰਪੁਰ ਵਿੱਚ ਸੀਟੂ ਦੇ ਵਰਕਰਾਂ ਵੱਲੋਂ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਗਿਆ। ਆਰੋਪ ਹੈ ਕਿ ਸੀਟੂ ਦੇ ਸਾਰੇ ਵਰਕਰ ਅੱਜ ਸਵੇਰੇ ਹੁਸ਼ਿਆਰਪੁਰ ਬੱਸ ਸਟੈਂਡ ਤੇ ਬੱਸਾਂ ਰੋਕਣ ਲਈ ਗਏ ਸਨ, ਪਰ ਉਹਨਾਂ ਨਾਲ ਉੱਥੇ ਬਦਸਲੂਕੀ ਕੀਤੀ ਗਈ, ਜਿਸ ਕਾਰਨ ਉਹਨਾਂ ਨੂੰ ਰੋਡ ਜਾਮ ਕਰਨ ਦਾ ਫੈਸਲਾ ਲੈਣਾ ਪਿਆ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਦਰਸ਼ਨ ਦੌਰਾਨ ਪੁਰਸ਼ਾਂ ਦੇ ਨਾਲ ਨਾਲ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਰਹੇ ਸਨ। ਜਿੱਦਾਂ ਸਰਕਾਰ ਨੇ ਲੋਕਾਂ ਦੇ ਉੱਤੇ ਜ਼ੁਲਮ ਆ, ਨਾਗਰਿਕਤਾ ਦਾ ਹੱਕ ਕਾਨੂੰਨ ਕੱਢਿਆ ਆ, ਇਹ ਗਲਤ ਕੱਢਿਆ ਆ, ਅਤੇ ਆਪਣੇ ਮਹਿੰਗਾਈ ਬਹੁਤ ਹੋ ਗਈ ਆ, ਪਿਆਜ਼ 140 ਰੁਪਏ ਕਿਲੋ ਹੋ ਗਏ ਆ, ਅਤੇ ਇਹਨਾਂ ਸਰਕਾਰਾਂ ਨੇ ਲੋਕਾਂ ਦਾ ਐਨ ਕਜੁੰਬਰ ਕੱਢ ਕੇ ਰੱਖ ਦਿੱਤਾ ਆ, ਅਤੇ ਪਾਣੀ ਦੇ ਬਿੱਲਾਂ ਦਾ ਲੈ ਰਹੇ ਆ, ਪਾਣੀ 5 ਰੁਪਏ ਤੋਂ ਸੀਗਾ ਤਾਂ ਜਿੱਥੇ ਹੁਣ 150 ਰੁਪਇਆ ਲੈ ਰਹੇ ਆ, ਇਹ ਲੋਕ ਗਰੀਬ ਲੋਕ ਆ ਕਿੱਥੋਂ ਦੇਣ ਸਰਕਾਰਾਂ ਨੂੰ। ਸਰਕਾਰਾਂ ਆਪ ਤਾਂ ਗੱਡੀ ਦੇ ਬਹਿ ਕੇ ਲੋਕਾਂ ਨੂੰ ਲੁੱਟ ਲੁੱਟ ਕੇ ਖਾਈ ਜਾਂਦੀਆਂ ਆ, ਜਿਹੜਾ ਕਾਲਾ ਧਨ ਉਹ ਸਾਰਾ ਬਾਹਰਲੇ ਮੁਲਕਾਂ ਨੂੰ ਭੇਜ ਦਿੱਤਾ ਆ, ਜਿਹੜੇ ਆਵਾਨੀ ਦਵਾਨੀ ਆ ਸਾਰੇ ਨੀਲਮੀ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਆ, ਤੇ ਕਾਲਾ ਧਨ ਆ ਜਿਹੜਾ ਚਿੱਟਾ ਕਰਕੇ ਲੈ ਗਏ ਆ। ਦਿੱਲੀ ਦੇ ਵਿੱਚ ਗੁੰਡਾ ਦਿੱਲੀ 1-3 ਸੀ ਨਾ, ਉਹ ਸਾਨੂੰ ਇਸ ਕਰਕੇ ਲਾਉਣਾ ਪਿਆ ਕਿ ਹੁਸ਼ਿਆਰਪੁਰ ਅਸੀਂ 4-40 ਵਾਲੀ ਬੱਸ ਰੋਕੀ, ਉੱਥੇ ਗੁੰਡਾਗਰਦੀ ਕੀਤੀ, ਸਾਨੂੰ ਫੋਨ ਆ ਗਿਆ, ਅਸੀਂ ਐਮੀਜੈਂਟ ਇਕੱਠੇ ਹੋ ਕੇ ਪਿੰਡਾਂ ਦੇ ਲੋਕ ਆਏ, ਇਸ ਕਰਕੇ ਸਾਨੂੰ ਇਹ ਜਾਮ ਲਾਉਣਾ ਪਿਆ, ਨਹੀਂ ਤਾਂ ਅਸੀਂ 10 ਵਜੇ ਗੜ੍ਹ ਸਿੱਖ ਜਾਣਾ। ਉੱਥੇ ਜਿਹੜੇ ਪੰਜਾਬ ਸਰਕਾਰ ਦੀਆਂ ਬੱਸਾਂ ਆ ਉਹਨਾਂ ਨੇ ਗੁੰਡਾਗਰਦੀ ਕੀਤੀ, ਰਾਜਧਾਨੀ ਵਾਲੇ ਬਾਕੀ ਸਹਿਮਤ ਸੀ ਸਾਡੇ ਨਾਲ, ਸਾਰੇ ਰੋਡ ਦੇ ਵਾਲੇ ਵਿੱਚ ਵਿੱਚ ਬੰਦ ਸਕੂਲਾਂ ਵਾਲੇ ਵੀ ਸਹਿਮਤ ਸੀਗੇ, ਕੋਈ ਨਹੀਂ ਸੀਗਾ ਇੱਦਾਂ ਦਾ, ਸਾਰੀਆਂ ਪਾਰਟੀਆਂ ਸਾਡੇ ਨਾਲ ਸਹਿਮਤ ਸੀਗੀਆਂ, ਕਾਂਗਰਸ ਅਕਾਲੀ ਅਕਾਲੀ ਤੋਂ ਛੱਡ ਕੇ ਬਾਕੀ ਦੀਆਂ ਪਾਰਟੀਆਂ ਜਿਹੜੀਆਂ ਛੋਟੀਆਂ ਛੋਟੀਆਂ ਆ ਉਹ ਸਾਰੀਆਂ ਸਹਿਮਤ ਸੀ। ਵਿੱਚ ਸਟੂਡੈਂਟ ਅੰਦਰ ਵੜ ਕੇ ਬੀਜੇਪੀ ਵਾਲਿਆਂ ਦੇ ਗੁੰਡਾਗਰਦੀ ਕੀਤੀ, ਗੁੰਡਾਗਰਦੀ ਕਰਕੇ ਉੱਥੇ ਸਾਡੇ ਸਟੂਡੈਂਟ ਕੁੱਟੇ, ਉਹਦੇ ਖਿਲਾਫ਼ ਅਸੀਂ ਪੁਤਲੇ ਵੀ ਸਾੜੇ, ਮਾਲਪੁਰ ਦੇ ਵਿੱਚ ਵੀ ਸਾੜੇ। ਬੀਜੇਪੀ ਦੀ ਸਰਕਾਰ ਬਹੁਤ ਗੁੰਡਾਗਰਦੀ ਕਰਨੀ ਜਾਣਦੀ ਆ, ਸਾਨੂੰ ਵੀ ਆਉਂਦੀ ਗੁੰਡਾਗਰਦੀ ਕਰਨੀ, ਅਸੀਂ ਇਸ ਕਰਕੇ ਜਾਮ ਲਾਇਆ ਕਿ ਇਹ ਜਿਹੜੀ ਗੁੰਡਾਗਰਦੀ ਕਰਦੀ ਬੀਜੇਪੀ ਦੀ ਸਰਕਾਰ ਇਹਨੂੰ ਰੋਕਿਆ ਜਾਵੇ। ਸਾਡੇ ਪਿੰਡਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ, ਬਿਜਲੀ ਨਹੀਂ ਆ ਰਹੀ, ਬੱਚੇ ਭੁੱਖੇ ਮਰ ਰਹੇ, ਪਸ਼ੂ ਭੁੱਖੇ ਮਰ ਰਹੇ ਆ, ਕਿੱਥੇ ਜਾਈਏ, ਜਾਮ ਨਹੀਂ ਲਾਈਏ ਤਾਂ ਹੋਰ ਕੀ ਕਰੀਏ। ਬੱਚਾ ਦੇਸ਼ ਦੀਆਂ ਵੱਡੀਆਂ ਜਿਹੜੀਆਂ ਟ੍ਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਵੱਲੋਂ ਦਿੱਲੀ ਅੰਦਰ ਕਨਵੈਨਸ਼ਨ ਕਰਕੇ ਇੱਕ ਫੈਸਲਾ ਕੀਤਾ ਸੀ ਕਿ ਕੇਂਦਰ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ, ਮਜ਼ਦੂਰ ਵਿਰੋਧੀ ਨੀਤੀਆਂ, ਕਾਂਗਰਸ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੀਆਂ, ਉਹਨਾਂ ਦੇ ਵਿਰੋਧ ਵਿੱਚ ਦੇਸ਼ ਪੱਧਰ 'ਤੇ 8 ਜਨਵਰੀ ਨੂੰ ਹੜਤਾਲ ਕੀਤੀ ਜਾਵੇ। ਉਹਨਾਂ ਦੇ ਸਮਰਥਨ ਵਿੱਚ 250 ਕਿਸਾਨ ਜਥੇਬੰਦੀਆਂ ਨੇ ਦਿੱਲੀ ਅੰਦਰ ਇਕੱਠ ਕਰਕੇ ਇਹ ਐਲਾਨ ਕਰਤਾ ਕਿ ਅਸੀਂ ਪੰਜਾਬ ਦੇ ਅੰਦਰ ਸਿਰਫ ਦੇਸ਼ ਅੰਦਰ ਸਿਰਫ ਕਾਰਖਾਨੇ ਅਤੇ ਟਰਾਂਸਪੋਰਟ ਨਹੀਂ ਬੰਦ ਹੋਏਗੀ, ਪਿੰਡਾਂ ਦੇ ਲੋਕ ਨਾ ਦੁੱਧ ਲੈ ਕੇ ਆਉਣਗੇ, ਨਾ ਚਾਰਾ ਲੈ ਕੇ ਆਉਣਗੇ, ਨਾ ਕੋਈ ਹੋਰ ਚੀਜ਼ ਆਉਣਗੇ, ਭਾਰਤ ਵੀ ਪੂਰੀ ਤਰ੍ਹਾਂ ਭਾਰਤ ਜਿਹੜਾ ਉਹ ਬੰਦ ਕੀਤਾ ਜਾਏਗਾ। ਇਸ ਕਰਕੇ ਅੱਜ ਦੇ ਦਿਨ ਪੂਰੀ ਤਰ੍ਹਾਂ ਲੋਕ ਜੋ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਟਰਾਂਸਪੋਰਟ ਬੰਦ ਆ, ਆਮ ਲੋਕ ਵੀ ਨਹੀਂ ਸਫ਼ਰ ਕਰ ਰਹੇ, ਉਹਦੇ ਨਾਲ ਕਿਸਾਨ ਨਾ ਚਾਰਾ ਲੈ ਕੇ ਆ ਰਿਹਾ, ਨਾ ਦੁੱਧ ਲੈ ਕੇ ਆ ਰਿਹਾ, ਔਰ ਇਹ ਇੱਦਾਂ ਦਾ ਪ੍ਰਭਾਵ ਬਣਦਾ ਜਾ ਰਿਹਾ। ਦੁਪਹਿਰ ਤੱਕ ਤਾਂ ਪੂਰੀ ਤਰ੍ਹਾਂ ਬਣ ਜਾਏਗਾ ਕਿ ਸਾਰਾ ਦੇਸ਼ ਬੰਦ ਆ, ਪੰਜਾਬ ਪੂਰੀ ਤਰ੍ਹਾਂ ਬੰਦ ਆ, ਪੰਜਾਬ ਦੇ ਲੋਕ ਇਸ ਜਿਹੜੀ ਆ ਐਕਸ਼ਨ ਆ ਉਹਦਾ ਪੂਰੀ ਤਰ੍ਹਾਂ ਸਮਰਥਨ ਦੇ ਰਹੇ। ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਕਿੱਦਾਂ ਸਮਰਥਨ? ਹੁਸ਼ਿਆਰਪੁਰ ਇਸ ਵੇਲੇ ਤੁਹਾਡੇ ਸਾਹਮਣੇ ਆ ਕਿ ਪੂਰੀ ਟਰਾਂਸਪੋਰਟ ਬੰਦ ਆ, ਸਵੇਰ ਦੀ 5 ਵਜੇ ਤੋਂ ਲੈ ਕੇ ਕੋਈ ਬੱਸ ਜਿਹੜੀ ਆ ਉਹ ਨਹੀਂ ਨਿਕਲੀ, ਕੋਈ ਹਾਂ ਥੋ ਮਾੜਾ ਮੋਟਾ ਕੋਈ ਇੱਧਰ ਉੱਧਰ ਜਾ ਕੇ ਚਲ ਗਿਆ, ਲੇਕਿਨ ਸਮੁੱਚੇ ਤੌਰ 'ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਬਹੁਤ ਵਧੀਆ ਹੁੰਗਾਰਾ ਜਿਹੜਾ ਹੁਸ਼ਿਆਰਪੁਰ 'ਚੋਂ ਮਿਲ ਰਿਹਾ। ਹੁਣ ਦੂਜੀ ਤਸਵੀਰ ਦਿਖਾਉਂਦੇ ਆ ਤੁਹਾਨੂੰ ਪਟਿਆਲਾ ਦੀ, ਜਿੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ ਹੀ ਵਿਰੋਧ ਦੇ ਚਲਦੇ ਮੇਨ ਗੇਟ ਨੂੰ ਬੰਦ ਕਰ ਦਿੱਤਾ ਗਿਆ। ਜੀ ਹਾਂ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਦਿਆਰਥੀਆਂ ਵੱਲੋਂ ਐਨਸੀਆਰ ਤੇ ਕੈਗ ਦੀ ਰਿਪੋਰਟ ਨੂੰ ਲੈ ਕੇ ਵੀ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਅੱਜ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ, ਇਹ ਭਾਰਤ ਅੱਜ 8 ਤਰੀਕ ਨੂੰ ਪੂਰੇ ਭਾਰਤ ਬੰਦ ਦਾ ਸੱਦਾ ਜਿਹੜਾ ਹੈਗਾ ਇਹ ਪੂਰੇ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸਾਂਝੇ ਰੂਪ ਦੇ ਵਿੱਚ। ਇਹਦੇ ਵਿੱਚ ਮੁਲਾਜ਼ਮ ਜਥੇਬੰਦੀਆਂ,
चाहे वह फैक्ट्रिया के मजदूर ने, चाहे वह खेतों मजदूरी करने वाले मजदूर ने, चाहे वह किसानी करने वाले किसान ने, जो बैंकों के बिजली के महकमें के रेलवे के कोई भी महकमे है उन्होंने जॉब करने वाले जोड़े मुलाजम है तो ये जोड़े अज पूरे देश के दे विद्यार्थी भी इन्हों है। तो मसला यह है कि इन्हों वालों पिछले दिनों भारत के जो नोटबंदी होंगी है ज होर जो आर्थिक नीतियाँ के द्वारा जोड़ा भारत एक यह जी आर्थिक मंदवाड़े धक्या गया तो लोगों यह एक अच्छे दिन के नाते जड़िया कोई कहता असी 2.5 करोड़ नौकरियां जनरेट करा कोई कहना अं घर घर नौकरी देवे तो यह जे लारे ला के वह सत्ता चाहते हैं। तो अज उ लोग ये पुछन लगे है लोगों तो कि तुम इस देश के दे नागरिक हैगे हो कि नहीं, वनू अपने आपू प्रूव करो तो आपके दादे पड़दादे पुरखियों जमीनों के कागज़ दिखाओ। और दो बंदे अज उठ के इस पूरे देश में जोड़े है वो गुंडागर्दी कर रहे, बदमाशी कर रहे, जिदे प्रधानमंत्री है देश का, तो देश का जोड़ा होम मिनिस्टर है अमित शाह, तो मोदी की जुंडली जी हैगी है वो लोगों को यह पुछन लगे हुए हैं कि तुम इस देश के नागरिक है कि नहीं। तो यह बिल्कुल गलत है, ये जोड़ा है ये गैर संविधानिक भी है। और यह उस तो बाद जो विद्यार्थियों ने इन चीज़ों का विरोध करना शुरू किया, लोग इस गल विरोध च ने कि तुम महंगाई की गल नहीं कर रहे, तुम नौकरी की गल नहीं कर रहे, तुम एकता की गल नहीं कर रहे, तुम गल कर लगे हुए हो कि असी मुस्लिम बाहर कढ़ देना, असी इस देश के जे कोई प्रोटेस्ट करता उन्होंने कह देंगे कि तुम पाकिस्तानी हो, जे कोई इस देश के विद्यार्थी विद्रोह करते हैं उन्होंने पुलिस तो कटवाते हैं, तो नाल अपने गुंडे भेज के जिमें JNU के कटवाया गया तो वह करते। और जिस कुड़ी दे जिस लड़की दे उत्थों दी इलैक्टेड जिहड़ी प्रेजीडेंट है वो सिर दे विच 14 टांके लगते हैं, मतलब वह सिर पाड़ता और वो 3 FIR दर्ज कर देंगे उल्टियां। ये तो यह बिल्कुल एक अंधेर नगरी की तरह इत्थे जिहड़ा है एक धक्केशाही चल रही है। और प्लस जिहड़ियां मजदूरां वल्लों मंगां ने कि साडे जिहड़ियां सानू बनदा माण सन्मान ते एक जिहड़ी रैगूलर जिहड़ी नौकरी है वह मिलनी चाहीदी है। इत्थों दे मुलाजम कहिंदे तुसीं कटौती करन लगे होए हो, तुसीं ठेके ते मुलाजम भर्ती करन लगे होए हो, किसान कहिंदे आ साडी फसल खेतां च रुलदी है, तुसीं साडी कोई फसल नहीं खरीद रहे, तो जे कोई फसल पैदा हुंदी है उहदा तुसीं वाजिब भाव नहीं दे रहे। तो वैसे दिल्ली दी अखां दे विच पंजाब दी पराली दा धुआं पैन लग जांदा, तो दिल्ली च तां हुण भी पोल्यूशन है, हुण किहड़ा धुआं जा रहा उत्थे। सो इस करके ये बड़ा पार्शलिटी धक्केशाही एक इदां दा है। और इन्हां सारियां मंगां नूं लै के सही रुजगार, पक्का रुजगार, विद्यार्थियों नौकरी, किसानों दीआं जिनसां दे भाव, तो जिहड़ा एक CAA ते NRC लैके आए है ये, असीं इन्हां सारियां चीज़ों का विरोध करते हुए अज की स्ट्राइक दे विच पंजाबी यूनिवर्सिटी पटियाला जिहड़ी हैगी इहनूं बंद कर रहे हैं। साडे नाल अज इत्थे विद्यार्थियों दीआं जिहड़ियां हैगीआं उह विद्यार्थी जथेबंदियां सांझा फरंट बनाया होया जिहदे विच 6 तों 7 जथेबंदियां शामिल है। और इहदे नाल साडे नाल नॉन टीचिंग दीआं जिहड़ियां जथेबंदियां हैगीआं उह शामिल हो रही हैं। और नाल इत्थे पूटा जिहड़ी इलैक्टेड बॉडी है टीचर्स दी प्रोफेसर दी ਉਹ ਵੇ ਵੱਲੋਂ ਵੀ ਇਹਦਾ ਸਮਰਥਨ ਆ, ਉਹ ਵੀ ਇੱਥੇ ਸ਼ਾਮਿਲ ਹੋਣਗੇ। ਸੋ ਇਸ ਕਰਕੇ ਅੱਜ ਇੱਕ ਭਾਰਤ 'ਚ ਜਿਹੜੀ ਇੱਕ ਏਕਤਾ ਦਿਖਾਈ ਹੈ ਲੋਕਾਂ ਨੇ ਕਿ ਸਾਰਾ ਕੁਝ ਛੱਡ ਕੇ ਉਹ ਇੱਕ ਫਰੰਟ 'ਤੇ ਆਏ ਹੈ ਔਰ 30 ਕਰੋੜ ਭਾਰਤ ਦੀ ਆਬਾਦੀ ਅੱਜ ਪ੍ਰੋਟੈਸਟ ਕਰ ਰਹੀ ਹੈ ਅਤੇ ਅਸੀਂ ਵੀ ਆਪਣੇ ਵੱਲੋਂ ਉਹਦੇ ਵਿੱਚ ਸ਼ਾਮਿਲ ਹੋਏ ਹਾਂ, ਇਸ ਕਰਕੇ ਅਸੀਂ ਅੱਜ ਇਹ ਜਿਹੜਾ ਹੈਗਾ ਪ੍ਰੋਟੈਸਟ ਕਰ ਰਹੇ ਹਾਂ। ਹੁਣ ਗੱਲ ਕੀਤੀ ਜਾਵੇ ਗੁਰਦਾਸਪੁਰ ਦੀ ਤਾਂ ਬੰਦ ਦੇ ਸੱਦੇ ਤੋਂ ਬਾਅਦ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜੀ ਹਾਂ, ਯਾਤਰੀਆਂ ਦਾ ਕਹਿਣਾ ਹੈ ਕਿ ਇੱਕ ਤਾਂ ਮੀਂਹ ਪੈ ਰਿਹਾ ਤੇ ਦੂਜੇ ਪਾਸੇ ਇਹਨਾਂ ਦੀ ਹੜਤਾਲ ਜਾਰੀ ਹੈ ਜਿਹਦੇ ਚੱਲਦੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬੱਸਾਂ ਵੇਖੋ ਜੀ, ਜਿੰਨੀ ਵੀ ਪਬਲਿਕ ਆ ਰਹੀ ਸਾਰਿਆਂ ਦੇ ਨੁਕਸਾਨ ਹੀ ਆ। ਵੈਸੇ ਬਾਰਿਸ਼ ਵੀ ਹੋ ਰਹੀ ਆ ਤੇ ਬੱਸੋਂ ਦੇ ਘਰ ਬੈਠੇ ਆ, ਵੈਸੇ ਬਾਰਿਸ਼ ਦੇ ਨਾਲ ਬਹੁਤ ਨੁਕਸਾਨ ਆ ਤੇ ਨੁਕਸਾਨ ਹੀ ਆ ਜੀ। ਬੱਸਾਂ ਬੰਦ ਹੋਣ ਕਰਕੇ ਆਵਾਜਾਈ 'ਚ ਕਿੰਨਾ ਕੁ ਫਰਕ ਪੈ ਰਿਹਾ? ਆਵਾਜਾਈ ਪਰੇਸ਼ਾਨੀ ਹੋ ਰਹੀ ਹੈ। ਅਸਰ ਤਾਂ ਹੈ ਹੀ ਆ, ਅਸੀਂ ਤਾਂ ਆਪ ਕੰਮ ਨੂੰ ਜਾਣਾ ਹੀ ਚਾਹੀਦੀ ਤਾਂ ਨਹੀਂ, ਪਤਾ ਨਹੀਂ ਅੱਜ ਕਾਹਦੀ ਗਈ, ਇਹਨਾਂ ਨੂੰ ਪਤਾ। ਸਾਰਾ ਦਿਨ ਅੱਜ ਹੜਤਾਲ ਰਹੇਗੀ, ਕੀ ਸਮਝਦੇ ਹੋ ਕਿ ਜਿਹੜੇ ਲੋਕਾਂ ਨੇ ਕਾਰੋਬਾਰੀ ਜਾਣਾ ਵਾ ਜਾਂ ਕੰਮਾਂ 'ਤੇ ਜਾਣਾ ਵਾ, ਉਹਨਾਂ 'ਤੇ ਕੀ ਫਰਕ ਪੈ ਗਿਆ? ਉਹਨਾਂ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਜੀ। ਹੁਣ ਅਸੀਂ ਵੀ ਕੰਮ 'ਤੇ ਜਾਣਾ ਸੀ, ਮੈਨੂੰ ਲੱਗਦਾ ਵਾਪਸ ਮੁੜਨਾ ਪੈਣਾ, ਜ਼ਰੂਰੀ ਕੰਮ ਹੀ ਅੱਜ। ਦੱਸ ਦਈਏ ਕਿ ਅੱਜ ਭਾਰਤ ਬੰਦ ਦੇ ਸੱਦੇ 'ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰਾਂ ਵੱਲੋਂ ਇਸ ਦਾ ਸਮਰਥਨ ਕਰਦਿਆਂ ਸੜਕਾਂ 'ਤੇ ਉਤਰੇ ਹੋਏ ਨੇ ਅਤੇ 200 ਦੇ ਕਰੀਬ ਜਥੇਬੰਦੀਆਂ ਅੱਜ ਸੜਕਾਂ 'ਤੇ ਕੇਂਦਰ ਸਰਕਾਰ ਖਿਲਾਫ਼ ਮੁਜ਼ਾਹਰਾ ਕਰ ਰਹੀਆਂ ਨੇ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਤੇ ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੇ ਨਾਲ ਪਟਿਆਲਾ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।